ਬਾਗਾਪੁਰਾਣਾ ਦੇ ਕੋਟਕਪੂਰਾ ਰੋਡ ਪਿੰਡ ਰਾਜਣਾ ਦੇ ਕੋਲ ਸਥਿਤ ਸਨ ਸਿਟੀ ਪਲਾਜ਼ਾ ਵਿਖੇ ਹਰਭਜਨ ਮਾਨ ਅਤੇ ਡਾਇਰੈਕਟਰ ਸੁਮੀਤ ਸਿੰਘ ਆਪਣੀ ਆ ਰਹੀ ਨਵੀਂ ਫਿਲਮ ਸਾਡੇ ਸੀਐਮ ਸਾਹਿਬ ਦੇ ਰਿਲੀਜ਼ ਲਈ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਹਨਾਂ ਨੇ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਦਿਖਾਇਆ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਹਿੱਤ ਵਿੱਚ ਅਸੀਂ ਇਸ ਫਿਲਮ ਵਿੱਚ ਕੁਝ ਨਹੀਂ ਦਿਖਾਇਆ, ਸਿਰਫ ਇਹੀ ਚੀਜ਼ ਦਰਸਾਈ ਗਈ ਹੈ ਕਿ ਲੋਕ ਆਪਣੀ ਵੋਟ ਦੀ ਵਰਤੋਂ ਚੰਗੇ ਤਰੀਕੇ ਨਾਲ ਕਰਨ ਤਾਂ ਕਿ ਜਿਹੜੀ ਪਾਰਟੀ ਦੀ ਵੀ ਸਰਕਾਰ ਬਣੇ ਉਹ ਆਪਣੇ ਪ੍ਰਾਂਤ ਅਤੇ ਦੇਸ਼ ਦੇ ਲੋਕਾਂ ਦਾ ਭਲਾ ਕਰ ਸਕੇ। ਇਸ ਮੌਕੇ ਉਹਨਾਂ ਨਾਲ ਸਨ ਸਿਟੀ ਪਲਾਜ਼ਾ ਦੇ ਡਾਇਰੈਕਟਰ ਦੀਪਕ ਬੇਦੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਬਾਗਾਪੁਰਾਣਾ ਤੋਂ ਸੰਦੀਪ ਕੁਮਾਰ ਦੀਪੀ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ। ਦੇਖੋ ਜਦੋਂ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਉਹ 'ਚ ਅੱਛੀਆਂ ਗੱਲਾਂ ਵੀ ਹੁੰਦੀਆਂ, ਉਹ 'ਚ ਮਾੜੀਆਂ ਗੱਲਾਂ ਵੀ। ਵਿੱਚ ਦੀ ਪਿਛਲਾ ਕੁਛ 4-5-6 ਸਾਲਾਂ ਦਾ ਦੌਰ ਹੈ ਜਿਹੜਾ ਮੈਂ ਸਮਝਦਾ ਕਿ ਉਹ ਥੋੜ੍ਹਾ ਜਿਹਾ ਇੱਕੋ ਟਾਈਪ ਦੀਆਂ ਫਿਲਮਾਂ ਹੈ ਔਰ ਉਹ ਫਿਲਮਾਂ ਚਾਹੇ 50 ਸਾਲ 'ਚ 100 ਕਾਮੇਡੀ ਦੀਆਂ ਫਿਲਮਾਂ ਬਣਾਓ ਪਰ ਉਹਨਾਂ ਦਾ ਕੰਟੈਂਟ ਜਿਹੜਾ ਉਹ ਅੱਛਾ, ਉਹ 'ਚ ਕੋਈ ਅਸੀਂ ਗੱਲ ਜ਼ਰੂਰ ਕਹੀਏ। ਸੋ ਨਿਰੀ ਉਹ ਚੌੜ ਨਾ ਰਹਿ ਜਾਵੇ ਕਿ ਸਿਰਫ ਇੱਕ ਮਸਤੀ ਹੈ ਜੀ ਉਹ। ਸੋ ਹੁਣ ਪੰਜਾਬੀ ਸਿਨੇਮੇ ਦਾ ਫਿਰ ਜਿਹੜਾ ਰੁਝਾਨ, ਜਿਸ ਤਰ੍ਹਾਂ ਮੈਂ ਕਿਹਾ ਇਸ ਸਾਲ ਜਾਂ ਬੇਦੀ ਸਾਹਿਬ ਇੱਕ ਫਿਲਮ ਲਾਉਂਦੇ ਆ ਇੱਥੇ ਕਿ ਅਰਦਾਸ ਔਰ ਲਾ ਪੰਜਾਬ ਵਰਗੀਆਂ ਫਿਲਮਾਂ ਨੂੰ ਕਿੱਡਾ ਵੱਡਾ ਹੰਗਾਰਾ ਮਿਲਿਆ ਲੋਕਾਂ ਦਾ। ਸੋ ਮੈਨੂੰ ਬਹੁਤ ਖੁਸ਼ੀ ਆ ਔਰ ਅੱਜ ਜਿਉਂ ਜਿਉਂ ਸਾਡੇ ਹੋਰ ਸਿਨੇਮੇ ਖੁੱਲ੍ਹਣਗੇ, ਆਹ ਸਿਨੇਮਾ ਕਦੇ ਜੀ ਆਇਆਂ ਨੂੰ ਮਿਲੇ ਅਸੀਂ ਸੋਚ ਹੀ ਨਹੀਂ ਸਕਦੇ ਸੀ ਬਾਗੇਪੁਰਾਣੇ 'ਚ ਐਡਾ ਵੱਡਾ ਸਿਨੇਮਾ ਹੋਊਗਾ। ਤਾਂ ਮੈਂ ਸਮਝਦਾ ਕਿ ਪੰਜਾਬੀ ਸਿਨੇਮੇ ਦੀ ਤਰੱਕੀ ਹੈ। ਅੱਛਾ ਜੀ, ਯੂਰਪ 'ਚ ਪੂਰੇ 'ਚ ਪਹਿਲੀ ਦਫ਼ਾ ਫਿਲਮ ਪੰਜਾਬੀ ਲੱਗ ਰਹੀ ਹੈਗੀ, ਦਿਨੋਂ ਦਿਨ ਵਧਣਾਗਾ ਜੀ ਸਿਨੇਮਾ, ਘਟਦਾ ਨਹੀਂ। ਸਰ ਕਿਹੜੀ ਪਾਰਟੀ ਦੇ ਤੁਸੀਂ ਸੀਐਮ ਬਣੇ? ਹਾਂਜੀ, ਕਿਹੜੀ ਪਾਰਟੀ ਦੇ ਸੀਐਮ ਬਣੇ ਤੁਸੀਂ? ਨਹੀਂ, ਤੁਸੀਂ ਪਹਿਲਾਂ ਮੇਰੇ ਖਿਆਲ ਮੈਨੂੰ ਸੁਣਿਆ ਨਹੀਂ ਜਦੋਂ ਮੈਂ ਸ਼ੁਰੂ ਹੀ ਕਰ ਦਿੱਤਾ ਕਿ ਇਹ ਕਿਸੇ ਪੱਤਰਕਾਰ ਸਾਹਿਬ ਨੇ ਲਿਖਿਆ ਹੋਣਾ ਇਹਦੇ ਵਿੱਚ ਇਹ ਫਿਲਮ ਕਿਸੇ ਪੋਲੀਟੀਕਲ ਪਾਰਟੀ ਲਈ ਨਹੀਂ, ਇਹ ਇੱਕ ਲੋਕਾਂ ਦੀ ਫਿਲਮ ਹੈ ਜੀ, ਲੋਕਾਂ ਲਈ ਬਣਾਈ ਗਈ ਹੈ, ਮਨੋਰੰਜਨ ਭਰਪੂਰ ਫਿਲਮ ਹੈ। ਮਤਲਬ ਸਾਰਿਆਂ ਦੀ ਤਮੰਨਾ ਹੁੰਦੀ ਹੈ ਬਾਲੀਵੁੱਡ ਵਿੱਚ ਜਾਵਾਂ, ਗਾਣਾ ਵੀ ਗਾਵਾਂ, ਐਕਟਿੰਗ ਵੀ ਕਰਾਂ, ਤੁਸੀਂ ਕਦੇ ਇਹੋ ਜਿਹਾ ਸੋਚਿਆ ਜਾਂ ਤੁਹਾਨੂੰ ਕੋਈ ਆਫਰ ਆਇਆ? ਮੈਨੂੰ ਬਹੁਤ ਆਫਰਸ ਆਏ ਹੈ ਜੀ, ਪਰ ਮੈਂ ਪਹਿਲੇ ਦਿਨ ਕਿਹਾ ਸੀ ਜਦੋਂ ਮੈਂ ਜੀਆਂ ਨੂੰ ਸ਼ੁਰੂ ਕੀਤੀ ਹੈਗੀ, ਚਾਹੇ ਉਹਦਾ ਮਨਮੋਹਨ ਸਿੰਘ, ਆਮ ਤੌਰ 'ਤੇ ਲੋਕ ਬਾਲੀਵੁੱਡ ਤੋਂ ਜਦ ਉੱਧਰੋਂ ਵਿਹਲੇ ਹੋ ਜਾਂਦੇ ਤਾਂ ਇੱਧਰ ਨੂੰ ਮੂੰਹ ਕਰਦੇ ਜੀ ਪੰਜਾਬੀ ਵੱਲ, ਉਦੋਂ ਫਿਰ ਉਹ ਕਹਿੰਦੇ ਕਿ ਸਾਨੂੰ ਮਿੱਟੀ ਦਾ ਮੋਹ ਆ ਗਿਆ ਜੀ। ਉਹ ਬੰਦਾ ਉਦੋਂ ਬਹੁਤ ਵੱਡਾ ਕੈਮਰਾਮੈਨ ਸੀ ਮਨਮੋਹਨ ਸਿੰਘ, ਜਿਹੜਾ ਜੀਆਂ ਨੂੰ ਦਾ ਡਾਇਰੈਕਟਰ ਸੀ, ਚਾਹੇ ਉਹ ਯਸ਼ ਚੋਪੜਾ ਦੀ ਕੋਈ ਵੀ ਫਿਲਮ ਹੋਵੇ, ਕਰਤਾਰ ਸਾਹਿਬ ਦੀ, ਸਾਰੀ ਉਹਨਾਂ ਦੀ ਕੈਮਰਾਮੈਨ ਉਹ ਹੁੰਦੇ ਸੀ। ਉਸ ਵਕਤ ਆਏ ਮੈਂ ਉਦੋਂ ਗੱਲਾਂ ਗੋਰੀਆਂ ਜੇ ਉਹ, ਮੈਨੂੰ ਮਹੀਨੇ 'ਚ 40-40 ਸ਼ੋਅ ਵੀ ਸੀਗੇ, ਪਰ ਅਸੀਂ ਉਦੋਂ ਕਮਿਟਮੈਂਟ ਕੀਤੀ ਸੀ ਵੀ ਆਪਾਂ ਪੂਰੀ ਡੈਡੀਕੇਸ਼ਨ ਨਾਲ ਪੰਜਾਬੀ ਫਿਲਮਾਂ ਬਣਾਵਾਂਗੇ, ਵਿੱਚ ਦੀ ਚਾਹੇ ਸਿੰਘ ਇਜ਼ ਕਿੰਗ ਆਫਰ ਆਈ ਜਾਂ ਹੋਰ ਆਈਆਂ, ਮੈਂ ਉਹ ਨਹੀਂ ਕੀਤੀਆਂ। ਹੁਣ ਮੈਂ ਸਮਝਦਾ ਕਿ ਪੰਜਾਬੀ ਸਿਨੇਮਾ ਇਕੱਲਾ ਇਹ ਕਿ ਹਰਭਜਨ ਮਾਨ ਜਾਂ ਮਨਮੋਹਨ ਸਿੰਘ 'ਤੇ ਨਹੀਂ ਖੜਾ, ਬਹੁਤ ਸੋਹਣੀਆਂ ਟੀਮਾਂ, ਨਵੇਂ ਮੁੰਡੇ ਗਿੱਪੀ, ਦਲਜੀਤ, ਅਮਰਿੰਦਰ ਹੋਰੀ, ਹੋਰ ਬਹੁਤ ਸਾਰੇ ਮੁੰਡੇ ਬਹੁਤ ਵਧੀਆ ਕੰਮ ਕਰ ਰਹੇ ਆ। ਅੱਜ ਜੇ ਮੇਰੇ ਕੱਦ ਕਾਠ ਦੇ, ਮੇਰੀ ਜੋ ਪੰਜਾਬੀਆਂ ਦੇ ਵਿੱਚ ਛਵੀ ਹੈ, ਜੋ ਇਮੇਜ ਹੈ, ਉਸ ਮੁਤਾਬਕ ਮੈਨੂੰ ਕੋਈ ਕੰਮ ਕਰਨ ਮਿਲੂ ਤਾਂ ਮੈਂ ਜ਼ਰੂਰ ਕਰੂੰਗਾ। ਜੈਸੇ ਹੁਣ ਸਮੀਤ ਜੀ ਇਹ ਯਸ਼ ਚੋਪੜਾ ਮਿਊਜ਼ਿਕ ਦਾ ਸਾਰਾ ਡਿਜੀਟਲ ਕੰਮ ਸਾਂਭਦੇ ਨੇ, ਪਿੱਛੇ ਜੇ ਮੈਂ ਫੈਨ ਫਿਲਮ ਲਈ ਗਾਣਾ ਗਾਇਆ ਜਿਹੜਾ ਦਾ ਪੰਜਾਬੀ ਵਰਜ਼ਨ ਸੀ, ਮੈਂ ਤੇਰਾ ਘੈਂਟ ਫੈਨ ਹੋ ਗਿਆ। ਸੋ ਗੱਲ ਕੀ ਹੈ ਕਿ ਮੈਂ 25 ਸਾਲ ਦੇ ਵਿੱਚ ਆਪਦੀ ਇੱਕ ਇੱਥੇ ਇਮੇਜ, ਆਪਦਾ ਇੱਕ ਨਾਂ ਕਮਾਇਆ ਜੀ, ਉਹ ਉਸ ਨੂੰ ਦਿਮਾਗ ਵਿੱਚ ਰੱਖ ਕੇ ਜੇ ਮੈਨੂੰ ਕੁਛ ਮਿਲੂਗਾ ਤਾਂ ਮੈਂ ਜ਼ਰੂਰ ਕਰਾਂਗਾ। ਮਿਹਰਬਾਨੀ। ਸਮੀਤ ਜੀ, ਸਮੀਤ ਜੀ ਤੁਸੀਂ ਸਾਗਾ ਕੰਪਨੀ ਨੂੰ ਫਿਲਮ ਰਾਈਟਰ ਵੀ ਹੋ ਅਤੇ ਪ੍ਰੋਡਿਊਸਰ ਵੀ ਹੋ, ਤੁਸੀਂ ਇਹ ਜਿਹੜੀ ਫਿਲਮ ਦੀ ਸਟੋਰੀ ਬਣਾਈ ਹੈਗੀ ਆ, ਕੀ ਤੁਸੀਂ ਦਿਮਾਗ 'ਚ ਲਿਆ ਕੇ ਸਟੋਰੀ ਨੂੰ ਪੇਸ਼ ਕੀਤਾ? ਦੇਖੋ ਜੀ, ਮੈਂ ਓਨੈਸਟਲੀ ਕਹਾਂਗਾ, ਮੈਂ ਕੋਈ ਰਾਈਟਰ ਨਹੀਂ ਹੈ, ਪ੍ਰੋਫੈਸ਼ਨਲ ਰਾਈਟਰ ਨਹੀਂ ਸੀ। ਇਹ ਇੱਕ ਸਬਬ, ਇੱਕ ਰੱਬ ਵੱਲੋਂ ਇੱਕ ਆਈਡੀਆ ਆਇਆ, ਦੇਖੋ ਇਸ ਤਰ੍ਹਾਂ ਸੋਚ ਕੇ ਮੈਂ ਨਹੀਂ ਫਿਲਮ ਬਣਾਈ। ਇਹ ਅਸੀਂ, ਸਾਡਾ ਕੰਮ ਹੈ ਫਿਲਮਾਂ ਬਣਾਉਣ ਦਾ, ਫਿਲਮਾਂ ਅਸੀਂ ਡਿਸਟ੍ਰੀਬਿਊਟ ਕਰਦੇ ਰਹੇ, 4 ਸਾਹਿਬਜ਼ਾਦੇ ਵੀ ਅਸੀਂ ਡਿਸਟ੍ਰੀਬਿਊਟ ਕੀਤੀ, ਗੱਦਾਰ ਬਣਾਈ ਅਸੀਂ। ਸੋ ਮੈਂ ਸਮਝਦਾ ਕਿ ਇੱਕ ਆਈਡੀਆ ਉੱਤੋਂ ਬਖਸ਼ਿਸ਼ ਹੋਈ ਰੱਬ ਦੀ, ਕਿ ਉਹਨਾਂ ਨੇ ਬੈਠਾ ਸੀ, ਅਸੀਂ ਕੰਮ ਕਰ ਰਹੇ ਸੀ, ਅਸੀਂ ਫਿਲਮਾਂ ਬਾਰੇ ਡਿਸਕਸ ਕਰ ਰਹੇ ਸੀ, ਸੋ ਇੱਕ ਜਿਵੇਂ ਤੋਂ ਸੋਝੀ ਆ ਜਾਂਦੀ ਹੈ ਵੀ ਇੱਕ ਆਈਡੀਆ ਆਇਆ ਫਿਲਮ ਦਾ, ਉੱਥੋਂ ਇਹ ਸ਼ੁਰੂਆਤ ਹੋਈ। ਜਦੋਂ ਆਈਡੀਆ ਆਇਆ ਫਿਰ, ਕਿਉਂਕਿ ਮੈਂ ਕਦੀ ਪ੍ਰੋਫੈਸ਼ਨਲ ਰਾਈਟਿੰਗ ਕੀਤੀ ਨਹੀਂ, ਫਿਰ ਅਸੀਂ ਸਕਰੀਨ ਪਲੇ ਰਾਈਟਰਸ ਮੈਂ ਆਪਣੇ ਨਾਲ ਜੋੜੇ ਨੇ, ਬਕਾਇਦਾ ਉਹਨਾਂ ਦਾ ਨਾਂ ਦਿੱਤਾ, 5 ਸਕਰੀਨ ਪਲੇ ਰਾਈਟਰਸ ਨੇ। ਤੁਸੀਂ ਪੁੱਛ ਲਿਆ ਵੈਸੇ ਇਹ ਸਵਾਲ, ਮੈਂ ਹਾਲੇ ਤੱਕ ਕਿਸੇ ਨੂੰ ਦੱਸਿਆ ਵੀ ਨਹੀਂ। ਜਦੋਂ ਅਸੀਂ ਇਹ ਫਿਲਮ ਬਣਾ ਰਹੇ ਸੀ ਮਾਨ ਸਾਹਿਬ ਤੋਂ ਵੀ ਜਾਣ ਤੋਂ ਪਹਿਲਾਂ, ਸਾਡੀ ਆਪਣੀ ਕ੍ਰੀਏਟਿਵ ਟੀਮ ਸੀ, ਅਸੀਂ ਸਾਡੀ ਕ੍ਰੀਏਟਿਵ ਟੀਮ ਕਹਿੰਦੀ ਇਹਨੂੰ ਬਣਾਓ ਜੀ ਆਊਟ ਐਂਡ ਆਊਟ ਕਾਮੇਡੀ, ਪਰ ਮੇਰੇ ਜੋ ਦਿਮਾਗ 'ਚ ਆਈਡੀਆ ਸੀ ਉਹਦੇ 'ਚ ਸੀ ਕਿ ਇਹਨੂੰ ਥ੍ਰਿਲਰ ਕਾਮੇਡੀ ਫਿਲਮ ਬਣਾਈਏ, ਥ੍ਰਿਲ ਰੱਖੀਏ, ਕੋਈ ਪੋਲੀਟਿਕਸ ਹੈਗਾ। ਸਾਡਾ ਆਪਸੀ ਟੀਮ ਦੀ ਰਾਏ ਨਹੀਂ ਮਿਲੀ, ਅਸੀਂ ਜੋ ਰਾਈਟਰਸ ਹਾਇਰ ਕੀਤੇ ਸਕਰੀਨ ਪਲੇ ਪ੍ਰੋਫੈਸ਼ਨਲ ਰਾਈਟਰ ਦੋਨਾਂ ਨੂੰ ਨਹੀਂ ਦੱਸਿਆ,
ਇੱਕ ਨੂੰ ਕਿਹਾ ਵੀ ਤੂੰ ਕਾਮੇਡੀ ਡਾਇਲੋਗ ਲਿਖ, ਇੱਕ ਨੂੰ ਕਿਹਾ ਵੀ ਤੂੰ ਥ੍ਰਿਲ ਦੇ ਹਿਸਾਬ ਨਾਲ ਲਿਖ। ਪਰ ਜਦੋਂ ਅਸੀਂ ਸਾਹਮਣੇ ਦੇਖਿਆ ਤਾਂ ਥ੍ਰਿਲ ਵਾਲਾ ਜੋ ਸਾਡੇ ਦਿਮਾਗ 'ਚ ਹੈਗਾ ਸੀ ਉਹੀ ਅਸੀਂ ਅੱਗੇ ਲੈ ਕੇ ਗਏ। ਉਸ ਤੋਂ ਬਾਅਦ ਤਾਂ ਫਿਰ ਜੀ ਉਹ ਜੁੜਦਾ ਗਿਆ ਨਾਲ ਕਾਰਵਾਂ, ਮੈਂ ਮਾਨ ਸਾਹਿਬ ਕੋਲ ਗਿਆ, ਮੈਨੂੰ ਅੱਜ ਵੀ ਯਾਦ ਹੈ ਮੈਂ ਮਾਨ ਸਾਹਿਬ ਨੂੰ ਜਦੋਂ ਸਟੋਰੀ ਸੁਣਾਉਣ ਗਿਆ, ਬਿਕੋਜ਼ ਇਸ ਫਿਲਮ ਦੇ ਹਿਸਾਬ ਨਾਲ ਮੈਨੂੰ ਇੱਕ ਹੀ ਕਰੈਕਟਰ ਨਜ਼ਰ ਆ ਗਿਆ। ਅਸੀਂ ਕੋਈ ਮਾਨ ਸਾਹਿਬ ਨੂੰ ਦੇਖ ਕੇ ਫਿਲਮ ਨਹੀਂ ਬਣਾਈ, ਅਸੀਂ ਪਹਿਲੇ ਸਟੋਰੀ ਲਿਖੀ, ਜਦੋਂ ਸਟੋਰੀ ਲਿਖ ਲਈ ਫਿਰ ਉਹਦੇ 'ਚ ਜੋ ਉਹ ਕਰੈਕਟਰ ਹੈ ਉਹ ਜਿਹੜਾ ਯੁੱਧਵੀਰ ਦਾ ਕਰੈਕਟਰ ਹੈ ਉਹਦੇ 'ਚ ਮੈਨੂੰ ਮਾਨ ਸਾਹਿਬ ਵੀ ਦਿਖੇ। ਮੈਂ ਜਦੋਂ ਉਹਨਾਂ ਨੂੰ ਸੁਣਾ ਕੇ ਆਇਆ ਅਗਲੇ ਦਿਨ ਮੈਨੂੰ ਫੋਨ ਆਇਆ ਕਿ ਵੀ ਮੈਨੂੰ ਸਾਰੀ ਰਾਤ ਨਿੰਦਰ ਨਹੀਂ ਆਈ ਰੋਲ ਸੁਣਨ ਤੋਂ ਬਾਅਦ। ਸੋ ਮੈਂ ਹੁਣੇ ਵੀ ਕਿਹਾ ਕਿ ਇਹਦੇ ਵਿੱਚ ਤੁਹਾਨੂੰ ਹਰਭਜਨ ਮਾਨ ਜੀ ਮਿਲਣਗੇ ਹੀ, ਇੱਕ ਨਵਾਂ ਅਵਤਾਰ ਮਿਲੇਗਾ। ਮੇਰਾ ਸਵਾਲ ਤੁਹਾਡਾ ਇਹ ਸੀਗਾ ਵੀ ਪੰਜਾਬ ਦੇ ਜਿਹੜੇ ਹਾਲਾਤ ਇਸ ਟਾਈਮ ਚੱਲ ਰਹੇ ਹੈਗੇ ਆ, ਵੈਸੇ ਤਾਂ ਮਾਨ ਸਾਹਿਬ ਨੇ ਪਹਿਲਾਂ ਗੱਲ ਕੀਤੀ ਵੀ ਸਾਡੀ ਦੀ ਕਿਸੇ 'ਤੇ ਕੋਈ ਟਾਰਗੇਟ ਨਹੀਂ ਗਾ, ਪਰ ਤੁਸੀਂ ਸੁਨੇਹਾ ਕੀ ਛੱਡ ਰਹੇ ਇਹਦੇ ਵਿੱਚ? ਦੇਖੋ ਜੀ, ਲੋਕਾਂ ਵਾਸਤੇ ਜਿਹੜੀ ਤੁਸੀਂ ਹਾਲਾਤਾਂ ਵਾਲੀ ਵੀ ਗੱਲ ਕੀਤੀ, ਇਹ ਫਿਲਮ ਆਪਾਂ 2 ਸਾਲ ਪਹਿਲਾਂ ਲਿਖਣੀ ਸ਼ੁਰੂ ਕੀਤੀ, 3 ਸਾਲ ਪਹਿਲਾਂ ਲਿਖਣੀ ਸ਼ੁਰੂ ਕੀਤੀ ਸੀ ਅਤੇ ਪਹਿਲੇ ਸਾਡੀ ਫਿਲਮ ਸ਼ੁਰੂ ਹੋਣੀ ਸੀ, 30 ਲਾਂਚ ਹੋਣੀ ਸੀ 30 ਅਕਤੂਬਰ, ਪਰ ਉਸ ਟਾਈਮ ਪੰਜਾਬ 'ਚ ਹਾਲਾਤ ਠੀਕ ਨਹੀਂ ਸਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ, ਆਪਾਂ ਡਿਸਾਈਡ ਕੀਤਾ ਮਾਨ ਸਾਹਿਬ ਨਾਲ ਘੁੱਗੀ ਸੱਚ ਘੁੱਗੀ ਜੀ ਨਾਲ ਬੈਠੇ ਕੇ ਆਪਾਂ ਨੂੰ ਅੱਗੇ ਲੈ ਕੇ ਜਾਂਦੇ ਹਾਂ। ਸੋ ਤੋ ਪਹਿਲੀ ਗੱਲ ਤਾਂ ਆਪਾਂ ਪਹਿਲੇ ਦੀ ਸਾਡੀ ਸੋਚ ਹੈ, ਇਹ ਕੋਈ ਹੁਣ ਦੀ ਸੋਚ ਨਹੀਂ ਹੈਗੀ, ਅਤੇ ਸਬਬ ਬਣਿਆ ਕਿ ਹੁਣ ਪੰਜਾਬ 'ਚ ਮਾਹੌਲ ਇਸ ਤਰ੍ਹਾਂ ਦਾ ਆ ਗਿਆ ਅਤੇ ਸਾਡੀ ਫਿਲਮ ਵੀ ਆ ਗਈ ਹੈ। ਪਰ ਜੋ ਸੁਨੇਹੇ ਦੀ ਗੱਲ ਹੈਗੀ ਹੈ, ਸੁਨੇਹਾ ਜੇ ਅਸੀਂ ਕਿਹਾ ਸਾਡੀ ਫਿਲਮ ਦਾ ਸਾਰ ਜੋ ਹੈਗਾ ਉਹ ਇੱਕ ਹੀ ਹੈਗਾ, ਸੱਚ ਦੀ ਜੀਤ, ਜੋ ਹੁਣੇ ਮਾਨ ਸਾਹਿਬ ਨੇ ਦੱਸਿਆ, ਕੂੜ ਨਿਕੱਟੇ ਨਾਨਕਾ ਔਰਤ ਸੱਚ ਰਹੇ, ਇਹ ਸਾਡੀ ਫਿਲਮ ਦੀ ਨੀਂਹ ਹੈਗੀ ਹੈ, ਸੋਲ ਹੈਗੀ, ਆਤਮਾ ਹੈਗੀ ਹੈ। ਸੋ ਇਹਦਾ ਮਤਲਬ ਇਹੀ ਹੈ ਕਿ ਜੀ ਸੱਚ ਦੀ ਜੀਤ ਹੋਏਗੀ, ਅਤੇ ਅਸੀਂ ਵਾਰ ਵਾਰ ਕਹਿ ਰਹੇ ਹਾਂ ਬਦਲੋ ਪੰਜਾਬ, ਸਾਡੇ ਸੀ ਐਮ ਸਾਹਿਬ ਬਦਲਣ ਕੇ ਪੰਜਾਬ। ਸੋ ਜੋ ਬਦਲਾਵ ਹੈ ਉਹ ਇੱਕ ਨੇਚਰ ਦਾ ਕੁਦਰਤ ਦਾ ਨਿਯਮ ਹੈਗਾ, ਨਹੀਂ ਬਦਲਾਵ ਕਰਾਂਗੇ ਅਸੀਂ। ਕਹਿੰਦੇ ਨੇ ਪਾਣੀ, ਮਾਨ ਸਾਹਿਬ ਦੀ ਗੱਲ ਅਸੀਂ ਗੱਲ ਕਰ ਰਹੇ ਸੀ ਵੀ ਇੱਕ ਜਗ੍ਹਾ ਖਲੋਤਾ ਪਾਣੀ ਉਹ ਵੀ ਮਹਿਲਾ ਹੋ ਜਾਏਗਾ, ਚੱਲਦਾ ਪਾਣੀ ਹਮੇਸ਼ਾ ਠੀਕ ਰਹਿੰਦਾ। ਸੋ ਅੱਜ ਮੇਰੇ ਖਿਆਲ ਮੈਂ ਨਹੀਂ, ਸਾਰਾ ਯੂਥ ਬਦਲਾਵ ਮੰਗ ਰਿਹਾ, ਤੁਸੀਂ ਆਪ ਹੀ ਬਦਲਾਵ ਮੰਗਦੇ ਹੋ। ਸੋ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਜੋ ਪੰਜਾਬ 'ਚ ਮਾਹੌਲ ਹੈ, ਜੋ ਹਾਲਾਤ ਨੇ, ਜੋ ਸਾਡਾ ਯੂਥ, ਅਸੀਂ ਸਾਰੇ ਕਹਿੰਦੇ ਹਾਂ ਵੀ ਗਲਤ ਪਾਸੇ ਚਲਾ ਗਿਆ, ਤੋ ਸਾਰਿਆਂ ਨੂੰ ਸਾਨੂੰ ਬਦਲਾਵ ਦੀ ਲੋੜ ਹੈ। ਸੋ ਅਸੀਂ ਕੋਈ ਕਿਸੇ ਦੇ ਪਾਰਟੀ ਦੇ ਫੇਵਰ 'ਚ ਨਹੀਂ, ਕਿਸੇ ਪਾਰਟੀ ਦੇ ਅਗੇਂਸਟ ਨਹੀਂ, ਅਸੀਂ ਇਹ ਜੋ ਮਾਹੌਲ ਹੈ, ਕੀ ਚੱਲ ਰਿਹਾ ਪੰਜਾਬ 'ਚ, ਕੀ ਹੋ ਰਿਹਾ, ਅਤੇ ਕਿਵੇਂ ਅਸੀਂ ਸੱਚ ਦੀ ਜੀਤ ਹੋਏਗੀ, ਉਹ ਅਸੀਂ ਫਿਲਮ 'ਚ ਰੱਖਿਆ। ਮਤਲਬ ਜਿਹੜਾ ਪੰਜਾਬ ਦਾ ਮਾਹੌਲ ਆ ਉਹਨੂੰ ਤੁਸੀਂ ਚੇਂਜ ਕਰਨ ਲਈ ਇੱਕ ਸੁਨੇਹਾ ਦਿੱਤਾ ਹੈਗਾ ਵੀ ਠੀਕ ਹੈ ਜੀ, ਓਕੇ, ਥੈਂਕ ਯੂ ਇਹਨਾਂ ਜੀ। ਹਾਂਜੀ ਮਾਨ ਸਾਹਿਬ, ਤੁਹਾਡੀ ਤਾਂ ਗੱਲ ਤੁਹਾਡੇ ਕੋਲ ਤਾਂ ਪੁੱਛਣਾ ਤੁਹਾਡੇ ਕੋਲ, ਤੁਸੀਂ ਤਾਂ ਇਹ ਸਰਕਾਰ ਦੇ ਹੋ। ਮਾਨ ਸਾਹਿਬ, ਜਿਹੜੇ ਸਾਡੇ ਸੀ ਐਮ ਦੇ ਵਿੱਚ ਤੁਸੀਂ ਰੋਲ ਅਦਾ ਕੀਤਾ ਹੈਗਾ, ਵੀ ਤੁਸੀਂ ਉਹਨੂੰ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਪੇਸ਼ ਕਰ ਰਹੇ ਹੋ, ਅਤੇ ਕੀ ਤੁਹਾਡੇ ਵੱਲੋਂ ਜਿਹੜਾ ਸੁਨੇਹਾ ਜਿਹੜਾ ਅੱਜ ਦੇ ਪੰਜਾਬ ਦੇ ਯੂਥ ਨੂੰ ਜਾਊਗਾ, ਅਤੇ ਕੀ ਤੁਸੀਂ ਕਿਵੇਂ ਦੱਸੋਗੇ? ਮੈਂ ਸਮਝਦਾ ਜੀ ਕਿ ਜਿਹੜਾ ਸਿਨੇਮਾ ਹੈ, ਉਹ ਗੀਤ ਸੰਗੀਤ ਹੈ, ਉਹ ਸਾਡੇ ਦਿਲਾਂ 'ਤੇ, ਸਾਡੇ ਦਿਮਾਗ 'ਤੇ ਬਹੁਤ ਵੱਡਾ ਅਸਰ ਛੱਡਦਾ। ਫਿਲਮਾਂ ਹਮੇਸ਼ਾ ਹੀ ਪਹਿਲਾ ਕੰਮ ਹੁੰਦਾ ਫਿਲਮਾਂ ਦਾ ਮਨੋਰੰਜਨ ਕਰਨਾ ਲੋਕਾਂ ਦਾ, ਔਰ ਮਨੋਰੰਜਨ ਦੇ ਨਾਲ ਨਾਲ ਜੇ ਅਸੀਂ ਛੋਟੀ ਵੱਡੀ ਕੋਈ ਥੋੜ੍ਹੀ ਬਹੁਤੀ ਕੋਈ ਚੰਗਾ ਸੰਦੇਸ਼ ਦੇ ਜਾਈਏ ਤਾਂ ਉਹ ਸੋਨੇ 'ਤੇ ਸੁਹਾਗ। ਸੋ ਇਸ ਫਿਲਮ ਦੇ ਰਾਹੀਂ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇੱਕ 3 ਦੋਸਤਾਂ ਦੀ ਜਿਹੜੀ ਯਾਰੀ ਹੈ, ਮੈਂ, ਗੁਰਪ੍ਰੀਤ ਘੁੱਗੀ ਜੀ ਔਰ ਰਾਹੁਲ ਸਿੰਘ, ਉਹ ਆਪਦੀ ਜ਼ਿੰਦਗੀ 'ਚ ਮਸਤ ਨੇ, ਖੁਸ਼ ਨੇ, ਬਟ ਕੁਛ ਹਾਲਾਤ ਐਸੇ ਬਣਦੇ ਉਹਨਾਂ ਦੇ ਕਿ ਉਹਨਾਂ ਨੂੰ ਸਿਆਸਤ ਦੇ ਵਿੱਚ ਆਉਂਦੇ ਆ, ਜਦੋਂ ਕੋਈ ਸਿਆਸਤ ਵਿੱਚ ਆਉਂਦੇ ਉਹ ਸਾਰੀ ਖੇਡ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਸਿਆਸਤ ਦੇ ਨਾਲ ਚੰਗਾ ਮਾੜਾ ਜੋ ਵੀ ਜੁੜਿਆ ਹੋਇਆ, ਸ਼ਾਇਦ ਕਈ ਵਾਰੀ ਅਸੀਂ ਨੇੜਿਓਂ ਨਹੀਂ ਦੇਖਿਆ ਹੁੰਦਾ ਲੋਕਾਂ ਨੇ, ਪਰ ਹੁਣ ਜਦ ਪਰ ਫਿਲਮੀ ਪਰਦੇ 'ਤੇ ਆਏਗਾ ਤਾਂ ਅਸੀਂ ਬੇਬਾਕ ਜਿਹੜੀਆਂ ਗੱਲਾਂ ਫਿਲਮ ਦੇ ਵਿੱਚ ਕਹੀਆਂ ਹੋਈਆਂ, ਮਨੋਰੰਜਨ ਵੀ ਹੈ ਔਰ ਨਿੱਕੇ ਨਿੱਕੇ ਸੁਨੇਹੇ ਵੀ ਹੈ। ਜਿਵੇਂ ਮੈਂ ਸਭ ਤੋਂ ਕਹਿੰਦਾ, ਅਹਿਮ ਗੱਲ ਆ ਕਿ ਅਸੀਂ ਬਦਲਾਵ ਜਿਹੜੀ ਚੇਂਜ ਆ ਅਸੀਂ ਕਹਿੰਦੇ ਹਾਂ, ਸਿਸਟਮ ਮਾੜਾ ਗਾ ਜੀ, ਪਾਰਟੀਆਂ ਮਾੜੀਆਂ ਆ ਹੈ ਜੀ, ਇੱਕ ਦੂਜੇ ਨੂੰ ਕਹਿੰਦੇ ਹਾਂ, ਪਰ ਉਹਦੇ ਲਈ ਸਾਡਾ ਬਹੁਤ ਵੱਡਾ ਯੋਗਦਾਨ ਜਿਹੜਾ ਸਿਰਫ ਇੱਕ ਵੋਟ ਦੇ ਨਾਲ ਅਸੀਂ ਉਹ ਬਦਲ ਸਕਦੇ ਹਾਂ ਜੀ। ਸੋ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਫਿਲਮ ਦੇ ਵਿੱਚ ਸੁਨੇਹੇ ਆ ਜਿਹੜੇ ਮਨੋਰੰਜਨ ਕਰਦੇ ਹੋਏ ਤੁਹਾਨੂੰ ਥੋੜ੍ਹਾ ਜਿਹਾ ਫਿਲਮ ਦੇ ਵਿੱਚ ਜਦੋਂ ਤੁਸੀਂ ਜਾਓਗੇ ਸਿਨੇਮੇ 'ਚੋਂ ਤਾਂ ਤੁਸੀਂ ਨਾਲ ਆਪਦੇ ਇੱਕ ਵਧੀਆ ਸੋਚ ਵੀ ਲੈ ਕੇ ਜਾਓ। ਤੁਸੀਂ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈਗੀ ਇਹਦੇ ਵਿੱਚ ਤੁਸੀਂ ਆਪਦਾ ਪਹਿਲਾਂ ਰੀਅਲ ਦੇ ਵਿੱਚ ਰੋਲ ਅਦਾ ਕਰ ਚੁੱਕੇ ਹੈ, ਤੁਹਾਨੂੰ ਅਤੇ ਉਸ ਦੇ ਵਿੱਚ ਕੀ ਫਰਕ ਲੱਗਿਆ ਅਤੇ ਜਾਂ ਫਿਲਮ 'ਚ ਤੁਸੀਂ ਕੀ ਫਰਕ ਸ਼ੋਅ ਕਰ? ਮੈਂ ਇਹ ਸਮਝਦੀ, ਮੈਨੂੰ ਵਾਰ ਵਾਰ ਇਹ ਗੱਲ ਪੁੱਛੀ ਜਾਂਦੀ ਹੈ ਕਿ ਸਿਆਸਤ ਬਾਰੇ, ਮੈਂ ਬਿਲਕੁਲ ਇਹ ਗੱਲ ਬਹੁਤ ਕਲੀਅਰ ਹੈ ਇਸ ਮਾਮਲੇ ਦੇ ਵਿੱਚ, ਔਨ ਰੈਕਡ ਹੀ ਮੈਂ ਗੱਲ ਕਹਿ ਰਿਹਾ, ਅਖਬਾਰਾਂ ਵਿੱਚ ਵੀ ਮੇਰੇ ਖਿਆਲ 2013 ਤੋਂ ਇਹ ਗੱਲ ਛਪ ਰਹੀ ਹੈਗੀ, ਜੋ ਮੈਂ ਚੇਅਰਮੈਨ ਮੁਹਾਲੀ ਪਲੈਨਿੰਗ ਬੋਰਡ ਦਾ ਅਸਤੀਫਾ ਦਿੱਤਾ ਸੀ 2013 ਦੇ ਵਿੱਚ, 3 ਸਾਲ ਹੋਏ ਸੀ।
ਮੈਂ ਬਿਲਕੁਲ ਕਿਸੇ ਸਿਆਸਤ ਵਿੱਚ ਨਹੀਂ ਹੋਣਾ, ਨਾ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਜੀ, ਨਾ ਮੈਂ ਕੋਈ MLA MP ਦੀ ਇਲੈਕਸ਼ਨ ਲੜਨੀ ਹੈ। ਮੇਰਾ ਸਿਆਸਤ 'ਚ ਕੋਈ ਇੰਟਰਸਟ ਨਹੀਂ। ਉਹ ਤੁਸੀਂ ਐਕਸਪੀਰੀਅੰਸ ਪੁੱਛਿਆ, ਤਾਂ ਮੈਂ ਐਕਸਪੀਰੀਅੰਸ ਤੋਂ ਇਹ ਕਹਿੰਦਾ ਕਿ ਜੋ ਕਲਾਕਾਰ ਦੇ ਤੌਰ 'ਤੇ ਇੱਕ ਆਜ਼ਾਦੀ ਹੈ, ਜੋ ਕਲਾ ਚਾਹੇ ਉਹ ਪੱਤਰਕਾਰੀ ਦੀ ਕਲਮ ਹੈ, ਜੋ ਤੁਹਾਨੂੰ ਆਜ਼ਾਦੀ ਹੈ ਗੱਲ ਕਹਿਣ ਦੀ, ਔਰ ਜੋ ਗੱਲ ਦਿਲ ਦੀ ਕਹਿਣ ਦੀ ਆਜ਼ਾਦੀ ਹੈ, ਉਹ ਹੋਰ ਕਿਸੇ ਖੇਤਰ ਵਿੱਚ, ਚਾਹੇ ਪੋਲੀਟਿਕਸ ਹੈ, ਉਹਦੇ 'ਚ ਵੀ ਇੱਕ ਪਾਰਟੀ ਲਾਈਨ ਹੈ, ਉਹਦੇ 'ਚ ਬਾਹਰ ਜਾ ਕੇ ਜ਼ਰਾ ਕੁ ਤੁਸੀਂ ਗੱਲ ਕਰੋਗੇ ਤਾਂ ਫਿਰ ਤੁਸੀਂ ਬਾਹਰ ਹੋਵੋਗੇ। ਸੋ ਮੈਂ ਇਹ ਸਮਝਦਾ ਕਿ ਮਾਲਕ ਨੇ ਮੈਨੂੰ ਕਲਾਕਾਰ ਦੇ ਤੌਰ 'ਤੇ ਐਡਾ ਵੱਡਾ ਪਲੇਟਫਾਰਮ ਦਿੱਤਾ ਕਿ ਜਿਹਦੇ ਰਾਹੀਂ ਜੋ ਮਨ ਨੂੰ ਔਰ ਜੋ ਸੱਚੀ ਗੱਲ ਉਹ ਮੈਂ ਕਹਿ ਸਕਾਂ, ਤਾਂ ਉਹ ਫਿਲਮ ਦੇ ਵਿੱਚ ਤੁਹਾਨੂੰ 27 ਤਰੀਕ ਨੂੰ ਆਪ ਹੀ ਪਤਾ ਲੱਗ ਜੂਗਾ ਜੀ ਕਿ ਇਹ ਇੱਕ ਕਿੱਡਾ ਵੱਡਾ ਸਾਡੇ ਕੋਲ ਸਿਨੇਮਾ, ਜਿਹਦੇ ਨਾਲ ਜਿਹੜਾ ਹਰਭਜਨ ਮਾਨ ਆ ਉਹ ਆਪਦੇ ਦਿਲ ਦੀ ਗੱਲ ਬੇਬਾਕ ਖੁੱਲ੍ਹ ਕੇ ਲੋਕਾਂ ਮੂਹਰੇ ਰੱਖ ਸਕਦਾ। ਮਿਹਰਬਾਨੀ ਤੁਹਾਡਾ।